जब सेहत की बात होगी तो पुखराज एलोवेरा से शुरुआत होगी। शुद्ध एलोवेरा से बना पुखराज एलोवेरा जूस, जो इम्यूनिटी बढ़ाए और आपको रखे फिट। मिल गया ना अच्छी सेहत का राज, पुखराज। ਪਹਿਲਾਂ ਤਾਂ ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ, ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ, ਕਿਉਂਕਿ ਬ੍ਰਿਲਸ ਐਕਸਪ੍ਰੈਸ ਨੇ ਬਣਾ ਦਿੱਤਾ ਹੈ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ। ਬ੍ਰਿਲਸ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ। ਬ੍ਰਿਲਸ ਐਕਸਪ੍ਰੈਸ, ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ। Brills Institute, a pioneer institute in the region for IELTS and English speaking. Brills Institute has carved a niche for itself with the help of state-of-the-art infrastructure and the best faculty. Brills Institute has shown remarkable results. Brills Institute has been frequently awarded by the British Council and the IDP as business partner. Brills Institute has a dedicated dream to serve the student fraternity for times to come. Brills Institute, opposite street number 11, Ajit Road, Bathinda. Brills Institute, New Leela Pavan, Patiala. English akhbar padhna humko na aata, English akhbar padhna sabko sikhata, pigeon kabutar udan phalai, look dekho aasman sakai, English ki hai एक्सप्रेस, इंग्लिश की हर खबर हिंदी ट्रांसलेशन के साथ। मस्ती कैंपस दी। कैंपस दी। आदाब नमस्कार सत श्री अकाल दर्शकों जी, मैं थोड़ी होस्ट प्रियंका लेके हाजिर हां थोड़ा फेवरेट शो मस्ती कैंपस दी, स्पॉन्सर्ड बाय ब्रिल्स इंस्टीट्यूट। आज असि पहुंच चुके हैं जी डीएवी स्कूल फाजिलका विखे, करते हैं स्टूडेंट्स ਨਾਲ ਗੱਲਾਂ ਬਾਤਾਂ। ਆ ਜੋ ਜੀ ਤੁਸੀਂ ਆ ਸਤਿਕਾਰ। ਤੁਹਾਡੇ ਕੀ ਸ਼ੌਂਕ ਨੇ? ਮੇਰੇ ਸ਼ੌਂਕ ਨੇ ਡਾਂਸਿੰਗ। ਮੇਰੀ ਰੂਟੀਨ ਬਸ ਸੁਬਹਾ ਉੱਠੀਦਾ ਅਤੇ ਪਾਠ ਕਰਕੇ ਸਕੂਲ ਆਈਦਾ ਹੈ, ਅਤੇ ਸਕੂਲੇ ਫਰੈਂਡਸ ਨਾਲ ਮਸਤੀ ਕਰੀਦੀ ਹੈ, ਫਿਰ ਵਾਪਸ ਘਰ ਜਾ ਕੇ ਟਿਊਸ਼ਨ ਜਾਈਦਾ ਅਤੇ ਉੱਥੇ ਪੜ੍ਹ ਕੇ ਆਈਦਾ। ਨਵਰੀਤ। ਨਵਰੀਤ, ਨਵਰੀਤ ਮੈਂ ਤੁਹਾਡੀ ਡਾਂਸ ਪਰਫਾਰਮੈਂਸ ਦੇਖਣ ਤੋਂ ਪਹਿਲਾਂ ਤੁਹਾਨੂੰ ਇੱਕ ਵਰਡ ਦੇਣਾ ਚਾਹਾਂਗੀ, ਉਹ ਵਰਡ ਨੂੰ ਤੁਸੀਂ ਪ੍ਰੋਨਾਊਂਸ ਕਰਨਾ ਹੈ ਇੰਗਲਿਸ਼ ਦੇ ਵਿੱਚ। ਵਰਡ ਹੈ ਆਰ ਈ ਸੀ ਈ ਆਈ ਪੀ ਟੀ। ਕੀ ਵਰਡ ਹੋਊਗਾ? ਰਿਪੀਟ ਕਰ ਦਿਓ। ਆਰ ਈ ਸੀ ਈ ਆਈ ਪੀ ਟੀ। ਰਿਸਿਪਟ। ਹਾਂ ਤੁਸੀਂ ਕਿਹਾ ਤਾਂ ਸਹੀ, ਰਿਸਿਪਟ ਮੈਨੇ ਪਰਚੀ ਹੁੰਦਾ, ਬਟ ਉਹਦੀ ਪ੍ਰੋਨਾਊਂਸੇਸ਼ਨ ਕੀ ਹੁੰਦੀ ਹੈ? ਕਿਕਰਾਂ ਚੱਕਦੀਆਂ ਕੰਨ ਪਾਵੇ ਆਖਣ ਨੂੰ ਤਾਂ ਮੁੰਦਰੀ। ਵੇਲੇ ਹਾਣੀਆਂ ਦੱਸ ਕਿਵੇਂ ਸੰਭਾਲੂ ਚਾਵੇ ਮੈਂ ਵੱਡੇ।
ਅਦਿਤੀ ਦੇ ਕਿਹੜੇ ਕਿਹੜੇ ਸ਼ੌਂਕ? ਮੇਰਾ ਸਿੰਗਿੰਗ ਕਰਨਾ, ਡਾਂਸਿੰਗ ਕਰਨਾ। ਸਾਰੇ ਬੱਚੇ DAV ਦੇ ਬਹੁਤ ਜ਼ਿਆਦਾ ਐਕਟਿਵ ਨੇ ਨਾ, ਹਰੇਕ ਜਗ੍ਹਾ 'ਤੇ ਪਰਫੋਰਮ ਕਰ ਲੈਂਦੇ। ਹਾਂਜੀ। ਅੱਛਾ ਅਦਿਤੀ, ਕੀ ਕਿਹੜਾ ਗਾਣਾ ਗਾ ਕੇ ਸੁਣਾਓ? ਅਰਦਾਸ ਕਰਾਂ। ਸੁਣਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਰਡ ਦੇਣਾ ਚਾਹਾਂਗੀ, ਤੁਸੀਂ ਉਹਨੂੰ ਇੰਗਲਿਸ਼ ਦੇ ਵਿੱਚ ਪ੍ਰੋਨਾਂਸ ਕਰਨਾ। ਦੈਟ ਇਜ਼ LETTUCE। ਲੈਟਸ। ਯੈਸ, ਬਿਲਕੁਲ ਸਹੀ ਹੈ ਜੀ। ਲੈਟਸ ਦਾ ਮੀਨਿੰਗ ਕੀ ਹੁੰਦਾ? ਓ, ਬੰਦ ਗੋਭੀ। ਯੈਸ, ਸਲਾਦ ਹੀ ਕਹਿੰਦੇ ਆ ਲੈਟਸ ਨੂੰ। ਅਦਿਤੇ ਦੇ ਲਈ ਕਲੈਪਿੰਗ ਹੋ ਜਾਂਦੀ। ਪੰਛੀਆਂ ਨੂੰ ਖੰਭ ਦਾਤਾ, ਬੰਦਿਆਂ ਨੂੰ ਅੰਗ ਦਾਤਾ, ਜਦੋਂ ਵੀ ਦਈਂ ਤਾਂ ਪੂਰੇ ਦਈਂ ਤੂੰ। ਡਿੱਗੀਏ ਤਾਂ ਚੱਕ ਲਵੀਂ, ਭਟਕੀਏ ਡੱਕ ਲਵੀਂ, ਸਦਾ ਲਈ ਅੱਖਾਂ ਮੂਹਰੇ ਰਹੀਂ ਤੂੰ। ਚੱਲਦਾ ਤੂੰ ਰੱਖੀਂ ਸਦਾ ਪੇਸ਼ਾ ਦਾਤਿਆ, ਰੋਟੀ ਜੋਗੇ ਰੱਖੀਂ ਤੂੰ ਹਮੇਸ਼ਾ ਦਾਤਿਆ। ਚੱਲਦਾ ਤੂੰ ਰੱਖੀਂ ਸਦਾ ਪੇਸ਼ਾ ਦਾਤਿਆ, ਰੋਟੀ ਜੋਗੇ ਰੱਖੀਂ ਤੂੰ ਹਮੇਸ਼ਾ ਦਾਤਿਆ। ਅਰਦਾਸ ਕਰਾਂ ਹਾਂ, ਅਰਦਾਸ ਕਰਾਂ ਹਾਂ, ਅਰਦਾਸ ਕਰਾਂ। ਥੈਂਕ ਯੂ। ਹੈਲੋ, ਤੁਹਾਡਾ ਨਾਮ? ਉਮੰਗ। ਉਮੰਗ, ਤੁਹਾਡੀ ਬੈਸਟ ਫਰੈਂਡ ਕੌਣ? ਨਵਰੀ। ਨਵਰੀ, ਤੇ ਤੁਸੀਂ ਕਿੱਦਾਂ ਦੀਆਂ ਖਪ ਕਹਾਣੀਆਂ ਕਰਦੇ ਕਲਾਸ ਵਿੱਚ? ਟੀਚਰਸ ਬਾਰੇ ਕੋਈ ਚੁਗਲੀਆਂ ਕਰਦੇ ਹੋ? ਅੱਜ ਮੈਡਮ ਬੜਾ ਡਾਂਟਦੀ ਹੈ, ਇਸ ਤਰ੍ਹਾਂ ਦੀਆਂ? ਚੱਲਦਾ ਹੀ ਹੈ ਵੈਸੇ। ਚੱਲਦਾ ਹੀ ਹੈ, ਫਿਰ ਦੱਸੋ ਕਿਹੜੀ ਮੈਡਮ ਦੀਆਂ ਚੁਗਲੀਆਂ ਜ਼ਿਆਦਾ ਕਰਦੇ? ਐਸੇ ਕੋਈ ਹੈ ਨਹੀਂ ਪ੍ਰੋਪਰ, ਜਿਹੜੀ ਮੈਡਮ ਤੋਂ ਡਾਂਟ ਜ਼ਿਆਦਾ ਪੈਂਦੀ ਹੈ। ਹੁਣ ਨਵਰੀਤ ਹੀ ਦੱਸ ਸਕਦੀ ਕਿਹੜੀ ਮੈਡਮ ਜ਼ਿਆਦਾ ਡਾਂਟਦੀ ਹੈ। ਵੈਸੇ ਤਾਂ ਕਭੀ ਨਹੀਂ ਡਾਂਟ ਪੜੀ ਮਾਰੇ ਕੋ, ਪਰ ਜਬ ਹਮ ਉਲਟੀ ਹਰਕਤੇ ਕਰਤੇ ਹੈ, ਜਾਂ ਇੱਕ ਦੂਸਰੇ ਕਾ ਸਾਥ ਲੜਤੇ ਹੈ ਨਾ, ਤੋ ਸਭ ਸਭ ਡਾਂਟ ਦੇਤੇ ਹੈ। ਕਿਹੜੀਆਂ ਉਲਟੀਆਂ ਹਰਕਤਾਂ ਜਿਹੜੀਆਂ ਦੋ ਕੁੜੀਆਂ ਕਰਦੀਆਂ? ਲੜਦੇ ਹਨ ਬੈਠੇ ਬੈਠੇ ਕਲਾਸ? ਆਪਸ ਹੀ ਲੜਦੇ ਨੇ? ਨਹੀਂ, ਪਰ ਵੈਸੇ ਨਹੀਂ ਲੜਦੇ ਹਮ, ਮਸਤੀ ਜਿਵੇਂ ਮਜ਼ਾਕ ਮਸਤੀ ਦੇ ਵਿੱਚ ਲੜਦੇ ਹੋ। ਅੱਛਾ, ਘਰ ਦੇ ਵਿੱਚ ਡਾਂਟ ਪੈਂਦੀ? ਨਹੀਂ, ਬਿਲਕੁਲ ਨਹੀਂ। ਮੇਰੀ ਘਰ ਦੇ ਵਿੱਚ ਸਾਊ ਬਣ ਕੇ ਪਹਿਨੇ, ਤੂੰ ਸਕੂਲ ਆ ਕੇ ਸਾਰੀਆਂ ਮਸਤੀਆਂ ਕਰਦੇ ਹੋ। ਦਿਨ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਸਰ? ਜੀ, ਸੂਰਜ ਦੇ ਨਿਕਲਣ ਨਾਲ ਅਤੇ ਸਾਡੇ ਉੱਠਣ ਨਾਲ ਇਹ ਦਿਨ ਦੀ ਸ਼ੁਰੂਆਤ ਹੁੰਦੀ ਹੈ। ਠੀਕ ਹੈ, ਅਤੇ ਤੇਰੀ ਸ਼ੁਰੂਆਤ ਪਰੌਂਠੇ ਖਾਣ ਦੇ ਨਾਲ? ਨਹੀਂ ਜੀ, ਮੇਰੀ ਸ਼ੁਰੂਆਤ ਪਰੌਂਠੇ ਖਾਣ ਨਾਲ ਨਹੀਂ, ਮੇਰੀ ਸ਼ੁਰੂਆਤ ਉੱਠ ਕੇ ਅਤੇ ਉਸ ਤੋਂ ਬਾਅਦ ਆਪਦਾ ਕੰਮ ਕਰਨ ਦੀ ਹੁੰਦੀ। ਕਿਹੜਾ ਕੰਮ ਕਰਦਾ ਸਭ ਤੋਂ ਪਹਿਲਾਂ, ਇੱਕ ਨੰਬਰ ਦੋ ਨੰਬਰ? ਨਹੀਂ ਜੀ, ਉਹ ਕੰਮ ਨਹੀਂ, ਅਸੀਂ ਮੈਂ ਸਵੇਰੇ ਉੱਠ ਕੇ ਗਾਣੇ ਸੁਣਦਾ ਵੀ, ਤਾਂ ਕਿ ਮੈਂ ਸਕੂਲੇ ਆ ਕੇ ਆਪਦੀ ਸਿੰਗਿੰਗ ਪਰਫੋਰਮ ਕਰ ਸਕਾਂ। ਸਭ ਤੋਂ ਪਹਿਲਾਂ ਲੋਕ ਸਵੇਰੇ ਉੱਠ ਕੇ ਅਰਦਾਸ ਕਰਦੇ, ਤੂੰ ਗਾਣੇ ਕਿਵੇਂ ਸੁਣਦਾ? ਨਹੀਂ, ਮੈਂ ਗਾਣੇ ਸੁਣਦਾ, ਮੈਨੂੰ ਸ਼ੌਂਕ ਹੈਗਾ ਗਾਣ। ਘਰਦੇ ਬੋਲਦੇ ਨਹੀਂ ਹੈਗੇ ਕਿ ਸਵੇਰੇ ਸਵੇਰੇ ਕੀ ਲਾਇਆ ਹੈ? ਨਹੀਂ ਜੀ, ਕਰਦੇ ਨਹੀਂ ਬੋਲਦੇ। ਮੇਰੇ ਘਰ ਤਾਂ ਬਹੁਤ ਗਾਲਾਂ ਪੈਂਦੀਆਂ ਜੇ ਮੈਂ ਸਵੇਰੇ ਸਵੇਰੇ ਗਾਣੇ ਲਾ ਲਵਾਂ। ਨਹੀਂ ਜੀ, ਮੈਂ ਉੱਚੀ ਗਾਣੇ ਨਹੀਂ ਲਾਉਂਦਾ, ਮੇਰੇ ਕੋਲ ਆਪਦਾ ਹੈਡਫੋਨ ਹੈਗਾ ਅਤੇ ਮੈਂ ਉਹਦੇ ਨਾਲ ਹੀ ਆਪਦੇ ਗਾਣੇ ਸੁਣਦਾ। ਸਵੇਰੇ ਸਵੇਰੇ ਨਾਲ ਯੂਨੀਫਾਰਮ ਪਾਈ ਜਾਣੀ, ਨਾਲ ਦੀ ਨਾਲ ਗਾਣੇ ਸੁਣੀਏ? ਹਾਂਜੀ। ਅੱਛਾ, ਸਾਥਕ ਸਿੰਗਿੰਗ ਇੰਨੀ ਜ਼ਿਆਦਾ ਸੋਹਣੀ ਕਰ ਲੈਂਦਾ ਤਾਂ ਕੁਝ ਪਰਫੋਰਮ ਕਰਕੇ ਦਿਖਾਏਗਾ? ਹਾਂਜੀ। ਪਰ ਉਸ ਤੋਂ ਪਹਿਲਾਂ ਇੱਕ ਵਰਡ ਹੈ ਜਿਹਨੂੰ ਤੈਨੂੰ ਇੰਗਲਿਸ਼ ਦੇ ਵਿੱਚ ਪ੍ਰੋਨਾਂਸੀਏਸ਼ਨ ਕਰਕੇ ਦੇਣੀ ਹੋਈ, ਦੈਟ ਇਜ਼ SOUR। ਸੋਰ। ਸੁਰ। ਨੋ, ਇਹਦਾ ਮਤਲਬ ਹੁੰਦਾ ਖੱਟਾ। ਆਪਾਂ ਛੋਟੇ ਸੋਰ ਦੀ ਕਹਾਣੀ ਤਾਂ ਸੁਣੀ ਸੀ ਨਾ? ਹਾਂਜੀ ਹਾਂਜੀ। ਅੰਗੂਰ ਖੱਟੇ ਆ, ਗ੍ਰੇਪਸ ਆ। ਹਾਂਜੀ, ਜਿਹਨੂੰ ਆਪਾਂ ਸੋਰ ਹੀ ਕਹਿੰਦੇ ਆ, ਬਟ ਇਹਦੀ ਪ੍ਰੋਨਾਂਸੀਏਸ਼ਨ ਕੁਝ ਹੋਰ ਹੁੰਦੀ ਹੈ, ਉਹ ਮੈਂ ਤੁਹਾਨੂੰ ਬਾਅਦ 'ਚ ਦੱਸਾਂਗੀ। ਪਰ ਉਸ ਤੋਂ ਪਹਿਲਾਂ ਸਾਰਥਕ ਦੀ ਛੋਟੀ ਜਿਹੀ ਪਰਫੋਰਮੈਂਸ। ਤੇਰੇ ਨਾਮ ਸੇ ਜੀਲੂ, ਤੇਰੇ ਨਾਮ ਸੇ ਮਰ ਜਾਊਂ, ਤੇਰੇ ਨਾਮ ਸੇ ਜੀਲੂ, ਤੇਰੇ ਨਾਮ ਸੇ ਮਰ ਜਾਊਂ, ਤੇਰੀ ਜਾਨ ਕੇ ਸਦਕੇ ਮੈਂ ਕੁਛ ਐਸਾ ਕਰ ਜਾਊਂ, ਤੂਨੇ ਕਿਆ ਕਰ ਡਾਲਾ, ਮਰ ਗਈ ਮੈਂ, ਮਿਟ ਗਈ ਮੈਂ, ਹੋਰੀ ਹਾਰੀ ਹੋ ਗਈ ਮੈਂ, ਤੇਰੀ ਦੀਵਾਨੀ ਦੀਵਾਨੀ, ਤੇਰੀ ਦੀਵਾਨੀ ਦੀਵਾਨੀ, ਤੂਨੇ ਕਿਆ ਕਰ ਡਾਲਾ, ਮਰ ਗਈ ਮੈਂ, ਮਿਟ ਗਈ ਮੈਂ, ਹੋਰੀ ਹਾਰੀ ਹੋ ਗਈ ਮੈਂ, ਤੇਰੀ ਦੀਵਾਨੀ ਦੀਵਾਨੀ। ਥੈਂਕ ਯੂ। ਅੱਛਾ, ਸਾਥਕ ਤੂੰ ਗਾਣਾ ਗਾਉਂਦੇ ਗਿਆ ਸੀ ਖਾਬ ਕੇ ਦਰਜੀ ਹੈ? ਦਰਜੀ ਨਹੀਂ, ਖਾਬ ਕੇ ਦਰਜੀ ਹੈ। ਅੱਛਾ, ਖਾਬ ਕੇ ਦਰਜੀ ਹੈ, ਬਾਕੀ ਬਹੁਤ ਸੋਹਣਾ ਗਾਇਆ, ਪਰ ਤੇਰੇ ਗਾਣ ਦੀ ਜ਼ਿਆਦਾ ਮੈਂ ਫੈਨ ਹੋਈ ਤੇਰੀ ਅੱਖਾਂ ਮਟਕਾਉਣ ਦੀ। ਥੈਂਕ ਯੂ। ਥੈਂਕ ਯੂ ਵੈਰੀ ਮਚ ਸਾਥਕ, ਤੁਸੀਂ ਆਦੋ ਪਲੀਜ਼।
ਜਦ ਸਾਡੇ ਤੇ ਗਾਣਾ ਗਾ ਰਿਹਾ ਸੀ ਤੁਸੀਂ ਬਹੁਤ ਜ਼ਿਆਦਾ ਉੱਚੀ ਸੀ ਮਤਲਬ ਸਮਝਿਆ ਕਿ ਪਾਸ ਕਰ ਰਹੇ ਸੀ ਤੇ ਦੀਵਾਨੀ ਬਣੀ ਹੋ ਗਈ ਸੀ ਨਹੀਂ ਨਹੀਂ ਉਹਦੀ ਆਵਾਜ਼ ਸੋਹਣੀ ਸੀ ਪਾਸ ਹੋ ਗਿਆ ਤਾਂ ਅਸੀਂ ਵੀ ਸੁਣੀ ਸੀ ਪਰ ਸਾਨੂੰ ਤਾਂ ਹਾਸਾ ਨਹੀਂ ਆਇਆ ਮੈਨੂੰ ਆ ਗਿਆ ਅੱਛਾ ਨਾਮ ਕੀ ਤੁਹਾਡਾ ਵਿਸ਼ੂ ਵਿਸ਼ੂ ਹਾਂਜੀ ਸਕੂਲੇ ਵੀ ਵਿਸ਼ੂ ਕਹਿੰਦੇ ਘਰੇ ਵੀ ਵਿਸ਼ੂ ਕਹਿੰਦੇ ਆ ਘਰੇ ਤਾਂ ਗੋਲੂ ਕਹਿੰਦੇ ਆ ਘਰੇ ਗੋਲੂ ਕਹਿੰਦੇ ਪਰ ਗੋਲੂ ਤਾਂ ਹੈ ਨਹੀਂ ਬਚਪਨ ਜੇ ਸੀ ਹੁਣ ਤਾਂ ਪਤਲਾ ਹੋ ਗਿਆ ਪਤਲਾ ਕਿੱਦਾਂ ਹੋ ਗਿਆ ਡਾਂਸ ਹੋ ਗਿਆ ਸਿੰਗਿੰਗ ਹੋ ਗਿਆ ਬਾਕੀ ਫੁੱਟਬਾਲ ਖੇਡਦਾ ਅੱਛਾ ਅੱਜ ਕੀ ਪਰਫਾਰਮੈਂਸ ਕਰਕੇ ਦਿਖਾਓਗੇ ਸਾਨੂੰ ਸਿੰਗਿੰਗ ਕਰਕੇ ਦਿਖਾਓਗੇ ਉਸ ਤੋਂ ਪਹਿਲਾਂ ਇੱਕ ਵਰਡ ਦੇ ਰਹੀ ਹਾਂ ਤੁਹਾਨੂੰ ਉਹ ਵਰਡ ਨੂੰ ਤੁਸੀਂ ਇੰਗਲਿਸ਼ ਦੇ ਵਿੱਚ ਪ੍ਰੋਨਾਂਸ ਕਰਨਾ ਦੈਟ ਇਜ਼ ਐਸ ਏ ਵਾਈ ਐਸ ਸੇਜ਼ ਕਹਿੰਦੇ ਤਾਂ ਸਾਰੇ ਸੇਲਸ ਹੀ ਆ ਬਟ ਵਰਡ ਕੁਝ ਹੋਰ ਹੁੰਦਾ ਸੇ ਚਲੋ ਕੋਈ ਗੱਲ ਨਹੀਂ ਪਹਿਲੇ ਇਹਨਾਂ ਦੀ ਪਰਫਾਰਮੈਂਸ ਦੇਖ ਲੈਣੇ ਮਰਹਮੀ ਸਾ ਚਾਂਦ ਹੈ ਤੂੰ ਦਿਲ ਜਲਾ ਸਾ ਮੈਂ ਅੰਧੇਰਾ ਇੱਕ ਦੂਜੇ ਕੇ ਲੀਏ ਹੈ ਨੀਂਦ ਮੇਰੀ ਖੁਆਬ ਤੇਰਾ ਤੂੰ ਘਟਾ ਹੈ ਬਹਾਰ ਕੀ ਮੈਂ ਘੜੀ ਇੰਤਜ਼ਾਰ ਕੀ ਆਪਣਾ ਮਿਲਣਾ ਲਿਖਾ ਇਸੀ ਬਰਸ ਹੈ ਨਾ ਜੋ ਮੇਰੀ ਮੰਜ਼ਿਲੋ ਕੋ ਜਾਤੀ ਹੈ ਤੇਰੇ ਨਾਮ ਕੀ ਕੋਈ ਸੜਕ ਹੈ ਨਾ ਜੋ ਮੇਰੇ ਦਿਲ ਕੋ ਦਿਲ ਬਣਾਤੀ ਹੈ ਤੇਰੇ ਨਾਮ ਕੀ ਕੋਈ ਧੜਕ ਹੈ ਨਾ ਕੋਈ ਬਾਂਧਨੀ ਜੋੜਾ ਓੜ ਕੇ ਬਾਬੁਲ ਕੀ ਗਲੀ ਜਾਊਂ ਛੋੜ ਕੇ ਤੇਰੇ ਹੀ ਲੀਏ ਲਾਉਂਗੀ ਪਿਆ 16 ਸਾਲ ਕੇ ਸਾਵਨ ਜੋੜ ਕੇ ਪਿਆਰ ਸੇ ਥਾਮਨਾ ਡੋਰ ਬਾਰੀਕ ਹੈ ਸਾਤ ਜਨਮੋ ਕੀਏ ਪਹਿਲੀ ਤਾਰੀਖ ਹੈ ਡੋਰ ਕਾ ਏਕ ਮੈਂ ਸਿਰਾ ਔਰ ਤੇਰਾ ਹੈ ਦੂਸਰਾ ਮਿਲ ਸਕੇ ਬੀਚ ਮੇ ਕੋਈ ਤੜਪ ਹੈ ਨਾ ਜੋ ਮੇਰੀ ਮੰਜ਼ਿਲੋ ਕੋ ਜਾਤੀ ਹੈ ਤੇਰੇ ਨਾਮ ਕੀ ਕੋਈ ਸੜਕ ਹੈ ਨਾ ਬਸ ਜੀ ਥੈਂਕ ਯੂ ਡੀਏਵੀ ਸਕੂਲ ਦੇ ਬੱਚਿਆਂ ਨਾਲ ਇੰਜੋਇਮੈਂਟ ਕਰਕੇ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਇਹਨਾਂ ਦੇ ਨਾਲ ਇੱਦਾਂ ਹੀ ਜਾਰੀ ਰਹੇਗਾ ਫਿਲਹਾਲ ਲੈਂਦੇ ਹਾਂ ਜੀ ਛੋਟਾ ਜਿਹਾ ਬ੍ਰੇਕ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਮਸਤੀ ਕੈਂਪਸ ਜੀ ਸਪੋਂਸਰ ਬਾਏ ਬ੍ਰਿਲਸ ਇੰਸਟੀਟਿਊਟ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਮਸਤੀ ਕੈਂਪਸ ਦੀ ਪਹਿਲਾਂ ਤਾਂ ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ ਕਿਉਂਕਿ ਬ੍ਰਿਲਸ ਐਕਸਪ੍ਰੈਸ ਨੇ ਬਣਾ ਦਿੱਤਾ ਹੈ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ ਬ੍ਰਿਲਸ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ ਬ੍ਰਿਲਸ ਐਕਸਪ੍ਰੈਸ ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ Brills Institute, a pioneer institute in the region for IELTS and English speaking. Brills Institute has carved a niche for itself with the help of state-of-the-art infrastructure and the best faculty. Brills Institute has shown remarkable results. Brills Institute has been frequently awarded by the British Council and the IDP as business partner. Brills Institute has a dedicated dream to serve the student fraternity for times to come. Brills Institute, opposite street number 11, Ajit Road, Bathinda. Brills Institute, New Leela Pavan, Patiala. English akhbar padhna humko na aata English akhbar padhna sabko sikhata Pigeon kabutar
Brills Express, English ki har khabar Hindi translation ke saath. Brills Institute, a pioneer institute in the region for IELTS and English speaking. Brills Institute has carved a niche for itself with the help of state-of-the-art infrastructure and the best faculty. Brills Institute has shown remarkable results. Brills Institute has been frequently awarded by the British Council and the IDP as business partner. Brills Institute has a dedicated dream to serve the student fraternity for times to come. Brills Institute, opposite street number 11, Ajit Road, Bathinda. Brills Institute, New Leela Pavan, Patiala. ਪਹਿਲਾਂ ਤਾਂ ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ, ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ, ਕਿਉਂਕਿ ਬ੍ਰਿਲਸ ਐਕਸਪ੍ਰੈਸ ਨੇ ਬਣਾ ਦਿੱਤਾ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ। ਬ੍ਰਿਲਸ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ। ਬ੍ਰਿਲਸ ਐਕਸਪ੍ਰੈਸ, ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ। ਮਸਤੀ ਕੈਂਪਸ ਦੀ। ਸਵਾਗਤ ਹੈ, ਮੈਂ ਅੱਜ ਫਾਜ਼ਿਲਕਾ ਦੇ ਡੀਏਵੀ ਸਕੂਲ ਵਿਖੇ ਪ੍ਰੋਗਰਾਮ ਮਸਤੀ ਕੈਂਪਸ ਦੀ ਤੁਸੀਂ ਦੇਖ ਰਹੇ ਹੋ, ਸਪਾਂਸਰਡ ਬਾਈ ਬ੍ਰਿਲਸ ਇੰਸਟੀਟਿਊਟ। ਆ ਜਾ ਨਾ, ਆ ਜਾ ਆ ਜਾ ਆ ਜਾ ਕਾਕਾ, ਤੈਨੂੰ ਤਾਂ ਮੈਂ ਫੜ ਕੇ ਜ਼ਰੂਰ ਲੈ ਕੇ ਆਣਾ। ਜ਼ਿਆਦਾ ਜ਼ੋਰ ਦੀ ਹੂਟਿੰਗ ਕਰਦਾ, ਹੂਟਿੰਗ ਕਰਦਾ ਕਰਦਾ ਕੀ ਕਰਦਾ? ਓ ਮਿਊਜ਼ਿਕ ਕਲਾਸ ਗਏ ਸੀ। ਆ ਕੀ ਕੀਤਾ ਮੈਨੂੰ ਮਿਲੂ? ਆ ਤੂੰ ਮਿਊਜ਼ਿਕ ਹੂਟਿੰਗ ਦੇ ਨਾਲ ਕੁਝ ਹੋਰ ਤਾਂ ਨਹੀਂ ਨਿਕਲ ਗਿਆ? ਅੱਛਾ, ਨਾਮ ਕੀ ਤੁਹਾਡਾ? ਯੁਧਵੀਰ। ਯੁਧਵੀਰ, ਇਹਨੇ ਸ਼ਰਮਾ ਕਾ ਤੁਰਿਆ ਸੀ ਧਿਆਨ? ਕਿਤੇ ਪੈਂਟ ਗਿੱਲੀ ਕੀਤੀ ਤਾਂ ਕਰਕੇ ਤਾਂ ਨਹੀਂ ਸ਼ਰਮ? ਅੱਛਾ, ਯੁਧਵੀਰ ਇੱਕ ਵਰਡ ਸੀਗਾ ਜਿਹਨੂੰ ਇੰਗਲਿਸ਼ ਦੇ ਵਿੱਚ ਪ੍ਰੋਨਾਂਸ ਕਰਨਾ, ਦੈਟ ਇਜ਼ ਐਸ ਏ ਵਾਈ ਐਸ। ਇੰਗਲਿਸ਼ ਵਾਲਾ ਯੁੱਧ ਮੈਨੂੰ ਲੱਗਦਾ ਔਖਾ ਹੀ ਜਿੱਤਿਆ ਜਾਣਾ ਤੇਰੇ ਕੋਲ। ਨਾਮ ਯੁਧਵੀਰ ਬੇਸ਼ੱਕ ਹੈ। ਥੈਂਕ ਯੂ ਵੈਰੀ ਮੱਚ ਯੁਧਵੀਰ। ਜੁੱਤੀ ਲੈ ਦੇ ਘੁੰਗਰੂਆਂ ਵਾਲੀ, ਸਿਲਕ ਦੇ ਸੂਟ ਸਵਾ ਦੇ ਚਾਲੀ। ਵੇ ਜੁੱਤੀ ਲੈ ਦੇ ਘੁੰਗਰੂਆਂ ਵਾਲੀ, ਸਿਲਕ ਦੇ ਸੂਟ ਸਵਾ ਦੇ ਚਾਲੀ। ਮੇਲੇ ਵਿੱਚੋਂ ਇੱਕ ਪਰਾਂਦੀ ਮੇਲਦੀ, ਫਿਰਾਂ ਮੈਂ ਆਉਂਦੀ ਜਾਂਦੀ। ਚੂੜਾ ਰੰਗ ਲਾ ਤੂੰ ਬਾਹ ਚੁਪਵਾ ਦੇ ਹਾੜੀਆਂ, ਚੂੜਾ ਰੰਗ ਲਾ ਤੂੰ ਬਾਹ ਚੁਪਵਾ ਦੇ ਹਾੜੀਆਂ। ਵੇ ਮੈਨੂੰ ਗੱਡੇ ਤੇ ਪੰਜਾਬ, ਸੁਣ ਦੀ ਏ ਸਰਕਾਰੇ ਹੌਲੀ ਆਪਤ ਨਗਰੇ ਵਾਰੇ। ਨੀ ਗੱਲ ਸੁਣ ਹੁਸਣ ਦੀ ਏ ਸਰਕਾਰੇ ਹੌਲੀ ਆਪਤ ਨਖਰੇ ਵਾਰੇ। ਸਾਡੀ ਕਾਦੀ ਐ ਸਰਦਾਰੀ, ਜੇ ਤੇਰੀ ਰਹਿ ਗਈ ਰੀਜ ਕੁਵਾਰੀ। ਤੈਨੂੰ ਸੋਨੇ ਵਿੱਚ ਸਾਰੀ ਹੀ ਮੜਾ ਦੂੰ ਗੋਰੀਏ, ਓਏ ਤੈਨੂੰ ਸੋਨੇ ਵਿੱਚ ਸਾਰੀ ਹੀ ਮੜਾ ਦੂੰ ਗੋਰੀਏ। ਨੀ ਤੇਰਾ ਕੱਲਾ ਕੱਲਾ ਸ਼ੌਂਕ ਮੈਂ ਪਗਾ ਦੂੰ ਗੋਰੀਏ, ਨੀ ਤੇਰਾ ਕੱਲਾ ਕੱਲਾ ਸ਼ੌਂਕ ਮੈਂ ਪਗਾ ਦੂੰ ਗੋਰੀਏ। ਓ ਮੁੰਡੇ ਰਣਜੀਤਪੁਰ ਥੇੜੀ ਪਿੰਡ ਦੇ, ਪੱਟ ਤੇ ਬਲੌਰੀ ਜਈਆਂ ਅੱਖਾਂ ਨਾਲ ਨੀ। ਓ ਖਿੱਚ ਗਏ ਡਰਮਾਂ ਦੇ ਡਰਮ ਵਿਸਕੀ, ਕਿੱਥੇ ਖੇਡੀ ਫਿਰਦੀਆਂ ਜੱਟਾਂ ਨਾਲ ਨੀ। ਹਾਏ ਨੀ ਜੱਟਾਂ ਨਾਲ ਨੀ, ਓ ਦਿਲ ਆਪਣੇ ਦੀ ਤੂੰ ਪ੍ਰੀਤ ਜੱਜ ਨਾਲ ਗੱਲ ਕਰ ਲੈ ਸ਼ੇਰ। ਮੈਨੂੰ ਕਦੇ ਤਾਂ ਲੈ ਜਾ ਕਰ ਤੂੰ ਸ਼ੋਪਿੰਗ ਮਾਲ ਵੇ, ਮੇਰੇ ਨਾਲ ਦੀਆਂ ਸਭ ਪਾਰਲਰ ਸਜਦੀਆਂ ਰਹਿੰਦੀਆਂ। ਹਾਏ ਹਾਏ ਲਾਈਟ ਕਰਾ ਦੇ ਮੇਰੇ ਕਾਲੇ ਵਾਲ ਵੇ, ਵੇ ਕਿੱਥੋਂ ਸਜਾ ਤੇਰੇ ਲਈ ਸਾਰੇ ਸੂਟ ਪੁਰਾਣਿਆ। ਹਾਏ ਪੁਰਾਣਿਆ ਮੈਨੂੰ ਲਹਿੰਗਾ
ਬੜੀ ਸੋਹਣੀ ਪਰਫਾਰਮੈਂਸ ਸੀ ਤੁਹਾਡਾ ਨਾਮ ਸੋਨਿਕਾ 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 ਕਿਹੜੇ ਕਿਹੜੇ ਸ਼ੌਂਕ ਨੇ ਸੋਨੀ ਡਾਂਸਿੰਗ ਡਾਂਸਿੰਗ ਦਾ ਸਿਰਫ ਇੱਕੋ ਸ਼ੌਂਕ ਰੱਖਿਆ ਆਪਾਂ ਦੂਜੇ ਸ਼ੌਂਕ ਨਹੀਂ ਰੱਖਦੇ ਨਹੀਂ ਗੇ ਬਾਲੇ ਨਹੀਂ ਰੱਖਦੇ ਸੀ ਇੱਕੋ ਸ਼ੌਂਕ ਕੀਤਾ ਤੇ ਉਹਨੂੰ ਪਗਾਣਾ ਵੀ ਹੋਰ ਅੱਛਾ ਸੋਨਿਕਾ ਘਰ ਦੇ ਵਿੱਚ ਕੌਣ ਕੌਣ ਹੈ ਮੰਮਾ ਪਾਪਾ ਭਾਈ ਭੈਣ ਸਭ ਤੋਂ ਜ਼ਿਆਦਾ ਲੜਾਈ ਕਿਹਨਾਂ ਨਾਲ ਮੇਰੀ ਛੋਟੇ ਭਰਾ ਨਾਲ ਸਾਰਿਆਂ ਦੇ ਛੋਟੇ ਭਰਾ ਨਾਲ ਹੀ ਹੁੰਦੀ ਹੈ ਕੀ ਰੀਜ਼ਨ ਹੁੰਦਾ ਕਿ ਛੋਟੇ ਭਰਾਵਾਂ ਨਾਲ ਕਿਉਂ ਲੜਦੇ ਬਾਲਾ ਤੰਗ ਕਰਦਾ ਮੈਮ ਉਹ ਤੇ ਭੈਣ ਨਹੀਂ ਕਰਦੀ ਤਾਂ ਭੈਣ ਵੱਡੀ ਹੈ ਬਾਹਰ ਹੈ ਅੱਛਾ ਭੈਣ ਵੱਡੀ ਬਾਹਰ ਤੇ ਤੁਸੀਂ ਵੀ ਕੈਨੇਡਾ ਜਾ ਹੋਰ ਚਲੋ ਜੀ ਵਧੀਆ ਕੈਨੇਡਾ ਜਾ ਕੇ ਸੈਟਲ ਹੋ ਜਾਣਾ ਥੈਂਕ ਯੂ ਵੈਰੀ ਮੱਚ ਬਟ ਇੱਕ ਵਰਡ ਹੈ ਜਿਹੜਾ ਕਿ ਮੈਂ ਪੁੱਛਿਆ ਸੀ ਸਟੂਡੈਂਟਸ ਨੂੰ ਦੈਟ ਇਜ਼ ਐਸ ਏ ਵਾਈ ਐਸ ਉਹਨੂੰ ਕੀ ਕਹਿੰਦੇ ਸੇਜ਼ ਸੇਜ਼ ਨਾਓ अगर सब कुछ मिल जाएगा जिंदगी में तो तमन्ना किसकी करोगे अगर सब कुछ मिल जाएगा जिंदगी में तो तमन्ना किसकी करोगे कुछ अधूरी ख्वाहिशें तो जिंदगी जीने का मजा देती है जिंदगी जीने का मजा देती है ਅਧੂਰੀ ਖੁਆਇਸ਼ ਦੇ ਪਿੱਛੇ ਤੁਸੀਂ ਭੱਜ ਰਹੇ ਹੋ ਸਾਇੰਸ ਟੀਚਰ ਬਣਨਾ ਚਾਹਤੇ ਹੋ ਸਾਇੰਸ ਟੀਚਰ ਬਣਨਾ ਚਾਹਤੇ ਥੈਂਕ ਯੂ ਵੈਰੀ ਮੱਚ ਨਾਮ ਕੀ ਤੁਹਾਡਾ ਕ੍ਰਿਸ਼ਨਾ 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 ਗਰਮੀ ਕਿੰਨੀ ਕੁ ਜ਼ਿਆਦਾ ਕੀਤੀ ਹੈ ਬਹੁਤ ਜ਼ਿਆਦਾ ਰੱਬ ਨੂੰ ਅਰਦਾਸ ਨਹੀਂ ਲਈ ਰੱਬਾ ਪਲੀਜ਼ ਗਰਮੀ ਘਟਾ ਦੇ ਸੁਣਦਾ ਹੀ ਨਹੀਂ ਅੱਜ ਕੱਲ ਸੁਣਨਾ ਬੰਦ ਕੀਤਾ ਮੈਨੂੰ ਸੁਣਨ ਵਿੱਚ ਆਇਆ ਕਿ ਫਾਜ਼ਿਲਕਾ ਵਿਖੇ ਮੀਂਹ ਨਹੀਂ ਪਿਆ ਬਾਕੀ ਸਾਰੇ ਕਿਤੇ ਪੈ ਗਿਆ ਪਾਪੀ ਜ਼ਿਆਦਾ ਨੇ ਪੈ ਗਏ ਫਾਜ਼ਿਲਕਾ ਦੇ ਪਾਪੀ ਜ਼ਿਆਦਾ ਨੇ ਕਿਹੜੇ ਕਿਹੜੇ ਪਾਪ ਕਰਦੇ ਹੋ ਪਾਪ ਤਾਂ ਹਾਲੇ ਤੱਕ ਤਾਂ ਕੋਈ ਨਹੀਂ ਕੀਤਾ ਜਲੇ ਕਿਵੇਂ ਕਿਹਾ ਪਾਪੀ ਮੈਨੂੰ ਲੱਗਦਾ ਤੇਰੇ ਨਾਲ ਦੇ ਸਾਰੇ ਪਾਪੀ ਹੈ ਨਾ ਹਰੇਕ ਦੇ ਅੰਦਰ ਸ਼ੈਤਾਨ ਹੁੰਦਾ ਹਰੇਕ ਦੇ ਅੰਦਰ ਸ਼ੈਤਾਨ ਹੈ ਬਾਕੀ ਹੈ ਜੀ ਅੱਛਾ ਕਿਹੜਾ ਸੌਂਗ ਅੱਜ ਗਾ ਕੇ ਸੁਣਾਓਗੇ ਪਿਆਰ ਮੇਰਾ ਪਰ ਉਸ ਤੋਂ ਪਹਿਲਾਂ ਇੱਕ ਵਰਡ ਨੂੰ ਪ੍ਰੋਨਾਂਸੀਏਸ਼ਨ ਕਰਕੇ ਦੱਸਣੀ ਹੋਏਗੀ ਐਸ ਏ ਵਾਈ ਐਸ ਸੇਜ਼ 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 ਆਪਾਂ ਕਹਿੰਦੇ ਹੀ ਸੇਜ਼ ਵੀ ਸੇਜ਼ ਹੈ ਨਾ ਸੇਜ਼ ਵਰਡ ਤਾਂ ਯੂਜ਼ ਹੁੰਦਾ ਹੀ ਹੈ ਬਟ ਸਹੀ ਦੇ ਵਿੱਚ ਕੁਝ ਇਹਨੂੰ ਹੋਰ ਕਹਿੰਦੇ ਆ ਚਲੋ ਠੀਕ ਹੈ ਪਹਿਲੇ ਸੌਂਗ ਸੁਣਦੇ ਅੱਜ ਤੁਹਾਡੇ ਭੁੱਲ ਗਿਆ ਜੱਗ ਭੁੱਲ ਮੈਨੂੰ ਗਿਆ ਰੱਬ ਚਾਹੀਦਾ ਸੀ ਜੋ ਵੀ ਮਿਲ ਗਿਆ ਮੈਨੂੰ ਸਭ ਮੇਰੇ ਲਿਖੀ ਪੈਰ ਪਾ ਦੇ ਮੇਰੀ ਝੋਲੀ ਖੈਰ ਪਾ ਦੇ ਕਰ ਮਿਹਰਬਾਨੀ ਹੋਣੇ ਆਪਣੇ ਗੁਲਾਮ ਤੇ ਪਿਆਰ ਮੇਰਾ ਪਹੁੰਚ ਗਿਆ ਇਹੋ ਜਿਹੇ ਮੁਕਾਮ 'ਤੇ ਸ਼ੁਰੂ ਤੇਰੇ ਨਾਮ 'ਤੇ ਖਤਮ ਤੇਰੇ ਨਾਮ 'ਤੇ ਪਿਆਰ ਮੇਰਾ ਪਹੁੰਚ ਗਿਆ ਇਹੋ ਜਿਹੇ ਮੁਕਾਮ 'ਤੇ ਸ਼ੁਰੂ ਤੇਰੇ ਨਾਮ 'ਤੇ ਖਤਮ ਤੇਰੇ ਨਾਮ 'ਤੇ ਥੈਂਕ ਯੂ ਅੱਜ ਤੁਸੀਂ ਇਹ ਦੱਸ ਤੇਰੀ ਹਿੰਦੀ ਅਤੇ ਪੰਜਾਬੀ ਦੇ ਵਿੱਚ ਕਿੰਨੀ ਕੁ ਜ਼ਿਆਦਾ ਮਿਕਸ ਕਰਦਾ ਕੋਈ ਗੱਲ ਹੁੰਦੀ ਇੱਕ ਐਸਾ ਟੋਆ ਪਾਟਾ ਹੈ ਨਾ ਲਾਂਘਾ ਜਾਂਦਾ ਹੈ ਨਾ ਟਾਪਾ ਜਾਂਦਾ ਹੈ ਨਹੀਂ ਪੰਜਾਬੀ ਦਾ ਟਾਈਮ ਤੇ ਪੰਜਾਬੀ ਚ ਭੁੱਲ ਹੁੰਦਾ ਤੇ ਭੁੱਲ ਭੁੱਲ ਗਿਆ ਥੈਂਕ ਯੂ ਵੈਰੀ ਮੱਚ ਬਹੁਤ ਹੀ ਸੋਹਣਾ ਗਾਇਆ ਡੀਵੀ ਸਕੂਲ ਫਾਜ਼ਿਲਕਾ ਵਿਖੇ ਇੰਜੋਇਮੈਂਟ ਕੀਤੀ ਬਹੁਤ ਜ਼ਿਆਦਾ ਮਜ਼ਾ ਵੀ ਆਇਆ ਚਾਰ ਵਰਡਸ ਇਹਨਾਂ ਕੋਲੋਂ ਪੁੱਛੇ ਸੀ ਮੈਂ ਜਿਨ੍ਹਾਂ ਦੇ ਦੋ ਇਹਨਾਂ ਨੇ ਸਹੀ ਜਵਾਬ ਦਿੱਤੇ ਇੱਕ ਲੈਟਰਸ ਲੈਟਰਸ ਮੀਨ ਸਲਾਦ ਇੱਕ ਸੀ ਰਿਸੀਟ ਰਿਸੀਟ ਮੀਨ ਪਰਚੀ ਇੱਕ ਵਰਡ ਪੁੱਛਿਆ ਸੀ ਐਸ ਏ ਯੂ ਆਰ ਸੌਰ ਕਹਿੰਦੇ ਆ ਵੈਸੇ ਇਹਨੂੰ ਕਹਿੰਦੇ ਸਾਵਰ ਸਾਵਰ ਸਹੀ ਪ੍ਰੋਨਾਂਸੀਏਸ਼ਨ ਹੈ ਸਾਵਰ ਔਰ ਦੂਸਰਾ ਸੀ ਐਸ ਏ ਵਾਈ ਐਸ ਦੈਟ ਇਜ਼ ਸੈਲਸ ਹੀ ਸੈਸ ਵੀ ਸੈਸ ਜਾਂ ਦੇ ਸੈਸ ਜੋ ਵੀ ਤੁਸੀਂ ਲਗਾ ਸਕਦੇ ਹੋ ਬਟ ਇਹ ਵਰਡ ਨੂੰ ਮਿਲਦੇ ਨੇ ਬ੍ਰਿਲਸ ਐਕਸਪ੍ਰੈਸ ਚੋਂ ਇੰਗਲਿਸ਼ ਨਿਊਜ਼ ਪੇਪਰ ਚੋਂ ਯੈਸ ਇਹ ਇੰਗਲਿਸ਼ ਨਿਊਜ਼ ਪੇਪਰ ਤਾਂ ਹੈਗਾ ਜੀ ਬਟ ਨਾਲ ਦੀ ਨਾਲ ਇਸਦੀ ਟਰਾਂਸਲੇਟ ਤੁਸੀਂ ਦੇਖ ਸਕੋਗੇ ਹਿੰਦੀ ਦੇ ਵਿੱਚ ਵੀ ਕੀਤੀ ਜਾਂਦੀ ਹੈ ਹਰੇਕ ਨਿਊਜ਼ ਦੀ ਟਰਾਂਸਲੇਟ ਹਿੰਦੀ ਦੇ ਵਿੱਚ ਤੁਹਾਨੂੰ ਕੀਤੀ ਜਾਂਦੀ ਹੈ ਜਿਹੜੇ ਟਫ ਵਰਡਸ ਹੁੰਦੇ ਨੇ ਉਹਨਾਂ ਦੇ ਮੀਨਿੰਗ ਵੀ ਦੱਸੇ ਜਾਂਦੇ ਨੇ ਅਤੇ ਸਹੀ ਪ੍ਰੋਨਾਂਸੀਏਸ਼ਨ ਵੀ ਇਸਦੇ ਵਿੱਚ ਦੱਸੀ ਜਾਂਦੀ ਹੈ ਥੈਂਕ ਯੂ ਵੈਰੀ ਮੱਚ ਸਟੂਡੈਂਟਸ ਬਹੁਤ ਜ਼ਿਆਦਾ ਇੰਜੋਏ ਕੀਤਾ ਮੈਂ ਡੀ ਏ ਵੀ ਸਕੂਲ ਫਾਜ਼ਿਲਕਾ ਵਿਖੇ ਅਤੇ ਤੁਸੀਂ ਦੇਖਦੇ ਰਹੋ ਪ੍ਰੋਗਰਾਮ ਮਸਤੀ ਕੈਂਪਸ ਦੀ ਸਪੋਂਸਰਡ ਬਾਏ ਬ੍ਰਿਲਸ ਇੰਸਟੀਟਿਊਟ ਪਹਿਲਾਂ ਤਾਂ ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ ਕਿਉਂਕਿ ਬ੍ਰਿਲਸ ਐਕਸਪ੍ਰੈਸ ਨੇ ਬਣਾ ਦਿੱਤਾ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ ਬ੍ਰਿਲਸ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ ਬ੍ਰਿਲਸ ਐਕਸਪ੍ਰੈਸ ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ Brills Institute, a pioneer institute in the region for IELTS and English speaking. Brills Institute has carved a niche for itself with the help of state-of-the-art infrastructure and the best faculty. Brills Institute has shown remarkable results.
Brills Institute has been frequently awarded by the British Council and the IDP as business partner. Brills Institute has a dedicated dream to serve the student fraternity for times to come. Brills Institute, opposite street number 11, Ajit Road, Bathinda. Brills Institute, New Leela Pavan, Patiala. English akhbar padhna humko na aata, English akhbar padhna sabko sikhata. Pigeon kabutar udan phalai, look dekho aasman sakai. English ki har khabar hindi mein banata, sabko akhbar padhna ye hai sikhata. Brills Express, English ki har khabar hindi translation ke saath. ਪਹਿਲਾਂ ਤਾਂ ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ, ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ, ਕਿਉਂਕਿ ਬ੍ਰਿਲਸ ਐਕਸਪ੍ਰੈਸ ਨੇ ਬਣਾ ਦਿੱਤਾ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ। ਬ੍ਰਿਲਸ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ। ਬ੍ਰਿਲਸ ਐਕਸਪ੍ਰੈਸ, ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ।